ਇਹਦੇ ਬਾਰੇ ਕੋਈ ਜ਼ਿਆਦਾ? ਬਿਲਕੁਲ, ਗਾਹੇ ਬਗਾਹੇ ਜਿਹੜੇ ਕਿਤੇ ਗੱਲ ਹੁੰਦੀ ਹੈ ਅਤੇ ਗੱਲ ਕਰਾਂਗੇ ਕਿ ਭਾਰਤੀ ਪਾਰਲੀਮੈਂਟ ਦੇ ਵਿੱਚ ਜਿਹੜਾ 84 ਦਾ ਜਿਹੜਾ ਹਮਲਾ ਹੋਇਆ ਘੱਲੂਘਾਰਾ ਹੋਇਆ ਉਹਦੀ ਬਕਾਇਦਾ ਤੌਰ ਦੇ ਉੱਤੇ ਭਾਰਤੀ ਪਾਰਲੀਮੈਂਟ ਜਿਹੜਾ ਇਹ ਗੱਲ ਕਬੂਲੇ ਕਿ ਇਹ ਜਿਹੜੀ 35 ਸਾਲ ਪਹਿਲਾਂ ਭਾਰਤ ਸਰਕਾਰ ਨੇ ਜੋ ਕੀਤਾ ਗਲਤ ਕੀਤਾ ਸੀ। ਮੇਰੇ ਕੋਲ ਸਾਡੇ ਕੋਲ ਕੋਈ ਗੱਲ ਨਹੀਂ। ਤੁਹਾਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੂੰ ਮਾਫ਼ੀ ਮੰਗਣੀ? ਬਿਲਕੁਲ, ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਪਾਰਲੀਮੈਂਟ ਦੇ ਵਿੱਚ ਮਾਫ਼ੀ ਦਾ ਮਤਾ ਲੈ ਕੇ ਆਉਣਾ ਚਾਹੀਦਾ ਹੈਗਾ।